ਤਾਕਤਸ਼ੀਰੀ ਦਮਦਮਾ ਸਾਹਿਬ ਦੇ ਇੰਟਰਨੈਸ਼ਨਲ ਪੰਥਕਦਾਲ ਜਥੇਬੰਦੀ ਦਾ ਵਿਸਥਾਰ ਕਰਦੇ ਧਾਰਮਿਕ ਵਿੰਗ ਵਿੱਚ ਅੱਜ ਜ਼ਿਲ੍ਹਾ ਸੇਸਾ ਤੋਂ ਭਾਈ ਸੁਖਵਿੰਦਰ ਸਿੰਘ ਪੜੋਲੇ ਆਵਲੀ ਨੂੰ ਜ਼ਿਲ੍ਹਾ ਸੇਸਾ ਤੋਂ ਧਾਰਮਿਕ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਸੌਂਪੀ ਗਈ। ਉਨ੍ਹਾਂ ਦੇ ਨਾਲ ਬਾਕੀ ਹੋਰ ਚਾਰ ਸਿੰਘਾਂ ਨੂੰ ਵੀ ਜਥੇਬੰਦੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਕਾਰਜਕਾਰੀ ਦੇਖਣ ਉਪਰੰਤ ਆਉਣ ਵਾਲੇ ਦਿਨਾਂ ਵਿੱਚ ਪ੍ਰਮੁੱਖ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਗੁਰੂਗਰਦੀ ਬਖਸ਼ਿਸ਼ ਸਰੋਪਾਉ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦੀ ਪਵਿੱਤਰ ਜੀਵਨ ਦੀ ਪੋਥੀ ਸੋਹਰਦੇ ਸੰਤ ਖਾਲਸਾ ਦੀ ਬਖਸ਼ਿਸ਼ ਕਰਦੇ ਹੋਏ ਇੰਟਰਨੈਸ਼ਨਲ ਪੰਥਕ ਦਲ ਦੇ ਸੇਵਾਦਾਰ ਗਿਆਨੀ ਰਾਜਪਾਲ ਸਿੰਘ ਵਪਾਰਾਈ ਨੇ ਸਮੂਹ ਸਿੰਘਾਂ ਨੂੰ ਜਥੇਬੰਦੀ ਵਿੱਚ ਜੀ ਆਇਆਂ ਕਿਹਾ ਪਾਇਸ਼ਕਵਿੰਦਰ ਸਿੰਘ ਨੇ ਪ੍ਰੋਸਾ ਦਿਵਾਇਆ ਕੇ ਉਹ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਸਾਬਕਾ ਜੱਤੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਦੇ ਹੇਠ ਜਥੇਬੰਦੀ ਨਾਲ ਤਨਦੇਹੀ ਦੇ ਨਾਲ ਸੇਵਾ ਨਿਭਾਉਣਗੇ। ਉਹਨਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕਰਦੇ ਹਨ ਤਸੱਲੀ ਪ੍ਰਗਟ ਕੀਤੀ ਕਿ ਸਾਨੂੰ ਸੰਤ ਪਿੰਡਾ ਵਾਲਾਂ ਦੇ ਪਰਿਵਾਰ ਦੀ ਅਗਵਾਈ ਵਿੱਚ ਪੰਥ ਕੇ ਸੇਵਾਵਾਂ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥੇਬੰਦੀ ਵਿੱਚ ਸ਼ਾਮਲ ਹੋਏ ਸਿੰਘਾ ਵਕੀਲ ਸਿੰਘ ਸ਼ਿੰ다ਰ ਸਿੰਘ ਦਸਤਾਰ ਕੋਚ ਬਲਵੀਰ ਸਿੰਘ ਅਤੇ ਮਹਿਤਾਬ ਸਿੰਘ ਤੋਂ ਇਲਾਵਾ ਬੇਸਾ ਚੇਤਨਾ ਕਲਬ ਜੀਵਨ ਸਿੰਘ ਵਾਲਾ ਦੇ ਸੀਨੀਅਰ ਮੈਂਬਰ ਪਈ ਬਲਕੌਰ ਸਿੰਘ ਖਾਲਸਾ ਦੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਲਿਟਰੇਚਰ ਇੰਚਾਰਜ ਭਾਈ ਜਗਦੀਪ ਸਿੰਘ ਬੰਗੀ ਵੀ ਇਸ ਮੌਕੇ ਤੇ ਮੌਜੂਦ ਸਨ ਜੇਕਰ ਜੋਗਾ ਕਿ ਨਵੇਂ ਸ਼ਾਮਲ ਮੈਂਬਰ ਪਈ ਮਹਿਤਾਬ ਸਿੰਘ Hindu ਪਰਿਵਾਰ ਵਿੱਚੋਂ ਸਹਿਜਤਾਰੀ ਸਿੱਖ ਬਣੇ ਨੇ ਗਿਆਨੀ ਰਾਜਪਾਲ ਸਿੰਘ ਵਪਾਰਾਈ ਨੇ ਉਹਨਾਂ ਨੂੰ ਅਮਰਿਤਪਾਨ ਲਈ ਪ੍ਰੇਰਨਾ ਦਿੱਤੀ ਹੈ ਭਾਈ ਮਹਿਤਾਬ ਸਿੰਘ ਜਲਦ ਹੀ ਅਮਰਿਤ ਛੱਕ ਕੇ ਪੂਰਨ ਤਰਤੇ ਸਿੰਘ ਸਾਜ ਜਾਣਗੇ ਆਵਾਜ਼ੀ ਕਮ ਟੀਵੀ ਲਈ ਤਲਵੰਡੀ ਸਾਬੋ ਤੋਂ ਗੁਰਜਨ ਸਿੰਘ ਨਥੀ ਹਾਦੀ ਰਿਪੋਰਟ ਤਾਕਤਸ਼ੀਰੀ ਦਮਦਵਾ ਸਾਹਿਬ ਦੇ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਦਾ ਵਿਸਥਾਰ ਕਰਦੇ ਧਾਰਮਿਕ ਵਿੰਗ ਵਿੱਚ ਅੱਜ ਜਿਲ੍ਹਾ ਸੇਸਾ ਤੋਂ ਭਾਈ ਸੁਖਵਿੰਦਰ ਸਿੰਘ ਪੜੋਲੇ ਆਵਲੀ ਨੂੰ ਜਿਲ੍ਹਾ ਸੇਸਾ ਤੋਂ ਧਾਰਮਿਕ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਸੌਂਪੀ ਗਈ ਉਨ੍ਹਾਂ ਦੇ ਨਾਲ ਬਾਕੀ ਹੋਰ ਚਾਰ ਸਿੰਘਾਂ ਨੂੰ ਵੀ ਜਥੇਬੰਦੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਕਾਰਜਕਾਰੀ ਦੇਖਣ ਉਪਰੰਤ ਆਉਣ ਵਾਲੇ ਦਿਨਾਂ ਵਿੱਚ ਪ੍ਰਮੁੱਖ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਗੁਰੂਗਰ ਦੀ ਵਕਸ਼ਿਸ਼ ਸਰੋਪਾਉ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦੇ ਪਵਿੱਤਰ ਜੀਵਨ ਦੀ ਪੋਥੀ ਸੋਹੇਰ ਦੇ ਸੰਤ ਖਾਲਸਾ ਦੀ ਵਕਸ਼ਿਸ਼ ਕਰਦੇ ਹੋਏ ਇੰਟਰਨੈਸ਼ਨਲ ਪੰਥਕ ਦਲ ਦੇ ਸੇਵਾਦਾਰ ਗਿਆਨੀ ਰਾਜਪਾਲ ਸਿੰਘ ਵਿਪਾਰਾਈ ਨੇ ਸਮੂਹ ਸਿੰਘਾਂ ਨੂੰ ਜਥੇਬੰਦੀ ਵਿੱਚ ਜੀ ਆਇਆਂ ਕਿਹਾ ਪਾਇਤ ਚਗਵਿੰਦਰ ਸਿੰਘ ਨੇ ਪ੍ਰੋਸਾ ਦਿਵਾਇਆ ਕੇ ਉਹ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜੱਤੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਦੇ ਹੇਠ ਜਥੇਬੰਦੀ ਨਾਲ ਤਨਦੇਹੀ ਦੇ ਨਾਲ ਸੇਵਾ ਨਿਭਾਉਣਗੇ। ਉਹਨਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕਰਦੇ ਹਨ ਤਸੱਲੀ ਪ੍ਰਗਟ ਕੀਤੀ ਕਿ ਸਾਨੂੰ ਸੰਤ ਪਿੰਡਾ ਵਾਲਾਂ ਦੇ ਪਰਿਵਾਰ ਦੀ ਅਗਵਾਈ ਵਿੱਚ ਪੰਥ ਕੇ ਸੇਵਾਵਾਂ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥੇਬੰਦੀ ਵਿੱਚ ਸ਼ਾਮਲ ਹੋਏ ਸਿੰਘਾ ਵਕੀਲ ਸਿੰਘ ਚਿੰ다 ਸਿੰਘ ਦਸਤਾਰ ਕੋਚ ਬਲਵੀਰ ਸਿੰਘ ਅਤੇ ਮਹਿਤਾਬ ਸਿੰਘ ਤੋਂ ਇਲਾਵਾ ਬੇਸਾ ਚੇਤਨਾ ਕਲਬ ਜੀਵਨ ਸਿੰਘ ਵਾਲਾ ਦੇ ਸੀਨੀਅਰ ਮੈਂਬਰ ਪਈ ਬਲਕੌਰ ਸਿੰਘ ਖਾਲਸਾ ਦੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਲਿਟਰੇਚਰ ਇੰਚਾਰਜ ਭਾਈ ਜਗਦੀਪ ਸਿੰਘ ਬੰਗੀ ਵੀ ਇਸ ਮੌਕੇ ਤੇ ਮੌਜੂਦ ਸਨ ਜੇਕਰ ਜੋਗਾ ਕਿ ਨਵੇਂ ਸ਼ਾਮਿਲ ਮੈਂਬਰ ਪਈ ਮਹਿਤਾਬ ਸਿੰਘ Hindu ਪਰਿਵਾਰ ਵਿੱਚੋਂ ਸਹਿਜਤਾਰੀ ਸਿੱਖ ਬਣੇ ਨੇ ਗਿਆਨੀ ਰਾਜਪਾਲ ਸਿੰਘ ਵਪਾਰਾਈ ਨੇ ਉਹਨਾਂ ਨੂੰ ਅਮਰਿਤਪਾਨ ਲਈ ਪ੍ਰੇਰਨਾ ਦਿੱਤੀ ਹੈ ਭਾਈ ਮਹਿਤਾਬ ਸਿੰਘ ਜਲਦ ਹੀ ਅਮਰਿਤ ਛੱਕ ਕੇ ਪੂਰਨ ਤਰਤੇ ਸਿੰਘ ਸਾਜ ਜਾਣਗੇ ਆਵਾਜ਼ੀ ਕਮ ਟੀਵੀ ਲਈ ਤਲਵੰਡੀ ਸਾਬੋ ਤੋਂ ਗੁਰਜਨ ਸਿੰਘ ਨਥੀ ਹਾਦੀ ਰਿਪੋਰਟ